ਹੁਸ਼ਿਆਰਪੁਰ ਵਿੱਚ ਬੀਤੀ ਰਾਤ 12 ਵਜੇ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਹੁਸ਼ਿਆਰਪੁਰ ਦੇ ਹਾਲਾਤ ਦਿਖਾਉਂਦੇ ਹਾਂ। ਤੁਸੀਂ ਦੇਖ ਰਹੇ ਹੋ ਇਸ ਵਕਤ ਮਹੱਲਾ ਪ੍ਰੇਮਗੜ੍ਹ ਦਾ ਹਾਲ, ਜਿੱਥੇ ਕਿ ਗੋਡੇ ਗੋਡੇ ਪਾਣੀ ਚੜਿਆ ਪਿਆ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਹੀ ਹੁਸ਼ਿਆਰਪੁਰ ਦੇ ਵਿੱਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਪੂਰੇ ਹੁਸ਼ਿਆਰਪੁਰ ਨੂੰ ਜਲ ਥਲ ਕਰ ਦਿੱਤਾ ਹੈ। ਅਤੇ ਇਹ ਮਹੱਲਾ ਪ੍ਰੇਮਗੜ੍ਹ ਹੈ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਅਤੇ ਲੋਕ ਸਵੇਰ ਤੋਂ ਹੀ ਪਾਣੀ ਕੱਢਣ ਲੱਗੇ ਹੋਏ ਨੇ। ਕੁਛ ਮਹੱਲਾ ਵਾਸੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਭਾਜੀ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਦਲਜੀਤ ਕੁਮਾਰ ਆ। ਮੈਂ ਕਿੱਥੇ ਰਹਿੰਦੇ ਹੋ ਜੀ? ਮੈਂ ਮਹੱਲਾ ਪ੍ਰੇਮਗੜ੍ਹ ਸਟਾਈ ਰੋਡ ਤੇ ਰਹਿੰਦਾ ਆ। ਕੀ ਹਾਲਾਤ ਹੈ ਇਸਲੇ ਪ੍ਰੇਮਗੜ੍ਹ ਦੇ? ਕੱਲ ਰਾਤ ਤੋਂ ਤਕਰੀਬਨ 12 ਵਜੇ ਤੋਂ ਲੈ ਕੇ ਕੰਟੀਨਿਊ ਬਾਰਿਸ਼ ਹੋ ਰਹੀ ਆ, ਜਿਸ ਦੇ ਨਾਲ ਜਿਹੜਾ ਆਪਣਾ ਇੱਥੇ ਦੇ ਲੋਕ ਆ ਬੜੇ ਪਰੇਸ਼ਾਨ ਆ ਪਾਣੀ ਦੇ ਕਾਰਨ, ਕਿਉਂਕਿ ਘਰਾਂ ਦੇ ਵਿੱਚ ਪਾਣੀ ਆਲਰੇਡੀ ਵੜ ਚੁੱਕਾ ਆ, ਕਿਉਂਕਿ ਵਾਤਾਵਰਣ ਦੇ ਨਾਲ ਗੱਡੀਆਂ ਦੇ ਨਾਲ ਜਦੋਂ ਗੱਡੀਆਂ ਲੰਘਦੀਆਂ ਆ ਉਹਦੇ ਨਾਲ ਘਰਾਂ ਦੇ ਵਿੱਚ ਪਾਣੀ ਦੇ ਵੜਨ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਆ ਅਤੇ ਬੱਚਿਆਂ ਨੂੰ ਵੀ ਸਕੂਲ ਜਾਣ 'ਚ ਬੜੀ ਦਿੱਕਤ ਆ ਰਹੀ ਆ। ਇਹਦੇ ਬਾਰੇ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕੀਤੀ, ਕੈਬਨਿਟ ਮੰਤਰੀ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਆ ਕਿ ਉਹ ਹਰ ਸਾਲ ਦੀ ਤਰ੍ਹਾਂ ਝੂਠੇ ਵਾਅਦੇ ਕਰਦੇ ਨੇ ਕਿ ਉਹ ਕਹਿੰਦੇ ਨੇ ਕਿ ਅਸੀਂ ਜਿਹੜੇ ਸਿਵਰੇ ਦੇ ਕੰਮ ਆ ਕਰਵਾਵਾਂਗੇ, ਪਰ ਤੁਹਾਡੇ ਸਾਹਮਣੇ ਆ ਜੋ ਅੱਜ ਦੇ ਹਾਲਾਤ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹਦੇ ਨਾਲ ਜਿਹੜਾ ਜਨਜੀਵਨ ਜਿਹੜਾ ਹਰ ਇਨਸਾਨ ਦਾ ਪ੍ਰਭਾਵਿਤ ਹੋ ਰਿਹਾ ਆ। ਇਸ ਬਾਰੇ ਇਹਦੇ ਇਸ ਚੀਜ਼ ਦਾ ਗੌਰ ਕੀਤਾ ਜਾਵੇ, ਜਲਦੀ ਜਲਦੀ ਇਹ ਜਿਹੜੇ ਕੰਮ ਕਰਵਾਏ ਜਾਣ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਹੋਰ ਨੁਕਸਾਨ ਨਾ ਹੋਵੇ। ਠੀਕ ਹੈ ਜੀ, ਸਾਡੇ ਨਾਲ ਹੋਰ ਵੀ ਨੇ। ਭਾਜੀ ਕੀ ਨਾਮ ਹੈ ਜੀ? ਭਾਜੀ ਜਿਮੀ ਨਾਮ ਹੈ ਮੇਰਾ, ਪ੍ਰੇਮਗੜ੍ਹ ਦਾ ਵਾਸੀ ਹਾਂ ਮੈਂ। ਕੀ ਹਾਲਾਤ ਹੈ ਪ੍ਰੇਮਗੜ੍ਹ ਦੇ? ਭਾਜੀ ਪ੍ਰੇਮਗੜ੍ਹ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ, ਤੁਸੀਂ ਇੱਧਰ ਦੇਖ ਸਕਦੇ ਆ। ਆਹ ਗਲੀ ਹੋ ਗਈ, ਇੱਧਰੋਂ ਆਹ ਗਲੀ ਹੋ ਗਈ, ਇੱਧਰੋਂ ਆਹ ਗਲੀ ਹੋ ਗਈ ਆ। 2 ਕੁ ਚਾਂਸ ਹੋ ਗਏ ਇੱਥੇ, ਪਿੱਛੇ ਐਕਸੀਡੈਂਟ ਵੀ ਹੋ ਗਏ ਆ ਕਿਉਂਕਿ ਗਲੀ ਖਰਾਬ ਆ। ਸਰਕਾਰ ਦਾ ਕੋਈ ਵੀ ਪ੍ਰਸ਼ਾਸਨ, ਕੋਈ MC, ਕੋਈ MLA, ਕੋਈ ਵੀ ਵਾਅਦੇ ਕਰਕੇ ਚੱਲ ਜਾਂਦੇ ਆ, ਪਿੱਛੇ ਗਲੀ ਉਹ ਵੀ ਟੁੱਟੀ ਪਈ ਆ। ਆਹ ਇੱਥੇ ਸਾਰੇ ਗਟਰ ਬਣੇ ਹੋਏ ਆ, ਗਟਰ ਕੋਈ ਕੰਮ ਨਹੀਂ ਕਰ ਰਹੇ ਹੈਗੇ, ਤੇ ਸਰਕਾਰ ਬਸ ਚੈਨ ਦੀ ਨੀਂਦ ਸੁੱਤੀ ਹੋਆ। ਸਰਕਾਰਾਂ ਬੜੀਆਂ ਕਹਿੰਦੀਆਂ ਬਰਸਾਤ ਤੋਂ ਪਹਿਲਾਂ ਮੀਟਿੰਗਾਂ ਕਰ ਲੈਣੀਆਂ ਆ ਕਿ ਨਾਲੇ ਸਾਫ਼ ਕਰਤੇ ਜਾਣਗੇ, ਗਟਰ ਸਾਫ਼ ਕਰ ਦਿੱਤੇ। ਤੁਹਾਡੇ ਮਹੱਲੇ ਕੋ ਆਇਆ ਅੱਜ ਤੱਕ? ਭਾਜੀ ਕੋਈ ਵੀ ਨਹੀਂ ਆਇਆ, ਇੱਥੇ ਰਹੀਦਾ ਆਪਾਂ, ਵਿਹਲੇ ਹੈਗੇ ਆ, ਕੁਛ ਵੀ ਨਹੀਂ, ਕੋਈ ਵੀ ਨਹੀਂ ਆਉਂਦਾ ਹੈਗਾ। ਬਸ ਵੋਟਾਂ ਦੇ ਆਲੇ ਦੁਆਲੇ ਬਸ ਮੀਟਿੰਗਾਂ ਕਰਾ ਦਿਓ, ਆਹ ਕਰਾ ਦਿਓ, ਬਸ ਇਹੀ ਆ। ਹੋਰ ਕੋਈ ਵੀ ਸਾਡੀ ਕੋਈ ਗੱਲਬਾਤ ਨਹੀਂ ਸੁਣਦਾ ਹੈਗਾ। ਲੋਕਾਂ ਨੇ ਸਭ ਸਪੈਸ਼ਲੀ ਆਪਣੇ ਘਰਾਂ ਮੋਹਰੇ ਗੇਟ ਬਣਵਾਏ ਆ, ਮਤਲਬ ਕਿ ਲੋਹੇ ਦੇ, ਕਿ ਪਾਣੀ ਅੰਦਰ ਨਾ ਜਾ ਸਕੇ। ਤੁਸੀਂ ਉੱਥੇ ਦੇਖ ਸਕਦੇ, ਕਈਆਂ ਦੇ ਘਰਾਂ ਵਿੱਚ ਇੱਦਾਂ ਪਾਣੀ ਵੜ ਗਿਆ ਅਤੇ ਲੋਕ 12 ਵਜੇ ਤੋਂ ਮੀਂਹ ਸ਼ੁਰੂ ਹੋਇਆ ਆ, ਅਤੇ ਘੱਟੋ ਘੱਟ 4-5 ਵਜੇ ਦੇ ਵਿਚਾਰੇ ਉੱਠ ਕੇ ਸਵੇਰ ਦੇ ਲੱਗੇ, ਕਿ ਬਰਸਾਤ ਦਾ ਮੌਸਮ ਆ ਹੁਣ, ਅਤੇ ਉਹਦੇ ਕਰਕੇ ਹੁਣ ਦਿੱਕਤ ਲੋਕਾਂ ਨੂੰ ਆਉਣੀ ਹੈ। ਸਰਕਾਰ ਨੂੰ ਇਹੀ ਬੇਨਤੀ ਹੈ ਕਿ ਬਾਕੀ ਸਾਰੇ ਕੰਮ ਛੱਡ ਕੇ ਜੇ ਇਸ ਨੂੰ ਨਿਪਟਾਰਾ ਕੀਤਾ ਜਾਵੇ ਤਾਂ ਕਿ ਗਟਰੇ ਅਤੇ ਗਲੀਆਂ ਜਿਹੜੀਆਂ ਹੈਗੀਆਂ ਆ, ਮਤਲਬ ਪਾਣੀ ਦਾ ਨਿਕਾਸੀ ਹੋ ਸਕੇ, ਅਤੇ ਬਾਕੀ ਸਾਰਾ ਇੱਧਰ ਜਿਹੜਾ ਪਿੱਪਲ ਵਾਲੇ ਨੂੰ ਜਾਂਦਾ ਪਾਣੀ, ਇੱਥੇ ਗਟਰਾਂ ਦਾ ਇੰਤਜ਼ਾਮ ਕੀਤਾ ਜਾਵੇ। ਤਾਂ ਇਹ ਸਨ ਮਹੱਲਾ ਪ੍ਰੇਮਗੜ੍ਹ ਦੇ ਵਾਸੀ, ਜਿਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਜਦੋਂ ਦੀ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਮਹੱਲੇ ਦਾ ਹਾਲਾਤ ਇੰਨੇ ਖਰਾਬ ਨੇ ਕਿ ਬੱਚਿਆਂ ਨੂੰ ਵੀ ਸਕੂਲ, ਬੱਚਿਆਂ ਦੇ ਸਕੂਲ ਵੀ ਓਪਨ ਹੋ ਚੁੱਕੇ ਨੇ। ਇਸ ਤੋਂ ਬਾਅਦ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਉਹ ਸਕੂਲ ਤੱਕ ਪਹੁੰਚਾ ਕੇ ਆਏ ਨੇ, ਅਤੇ ਦੱਸਿਆ ਉਹਨਾਂ ਨੇ ਵੀ ਪ੍ਰਸ਼ਾਸਨ ਵੱਲੋਂ ਵੀ ਕੋਈ ਪਹਿਲਕਦਮੀ ਨਹੀਂ ਕੀਤੀ ਜਾਂਦੀ ਹੈ, ਅਤੇ ਸਰਕਾਰਾਂ ਦੇ ਨਾਲ ਜੋ ਨੁਮਾਇੰਦੇ ਨੇ ਸਾਡੇ ਉਹਨਾਂ ਦੇ ਨਾਲ ਵੀ ਵਾਰ ਵਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਉਹਨਾਂ ਦਾ ਇਹ ਹੱਲ ਨਹੀਂ ਹੋਇਆ। ਪ੍ਰੇਮਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਪ੍ਰੇਮਗੜ੍ਹ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦਾ ਸੰਤਾਪ ਭੋਗ ਰਿਹਾ ਹੈ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰੇਮਗੜ੍ਹ ਮਹੱਲੇ ਦੇ ਜੋ ਘਰ ਨੇ ਇਹਨਾਂ ਦੇ ਵਿੱਚ ਪਾਣੀ ਆ ਜਾਂਦਾ ਹੈ, ਅਤੇ ਜਿਸ ਤੋਂ ਬਾਅਦ ਲੋਕ ਬਾਲਟੀਆਂ ਦੇ ਨਾਲ, ਡੱਬਿਆਂ ਦੇ ਨਾਲ ਪਾਣੀ ਕੱਢਦੇ ਨਜ਼ਰ ਆਉਂਦੇ ਨੇ। ਅਤੇ ਇਸ ਵਕਤ ਵੀ ਜੇ ਗੱਲ ਕੀਤੀ ਜਾਵੇ ਤਾਂ ਪੂਰਾ ਪ੍ਰੇਮਗੜ੍ਹ ਡੁੱਬਿਆ ਨਜ਼ਰ ਆ ਰਿਹਾ ਹੈ, ਜਿਵੇਂ ਕਿ ਬੀਤੀ ਰਾਤ 12 ਵਜੇ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ, ਹਾਲੇ ਵੀ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ। ਅਤੇ ਇਹ ਸਾਨੂੰ ਨਿਊਜ਼ 18 ਦੇ ਜ਼ਰੀਏ ਅਸੀਂ ਦਿਖਾਇਆ ਆਪਣੇ ਦਰਸ਼ਕਾਂ ਨੂੰ ਪ੍ਰੇਮਗੜ੍ਹ ਮਹੱਲੇ ਦਾ ਹਾਲ, ਇਵੇਂ ਹੀ ਹੋਰ ਵੀ ਮਹੱਲਿਆਂ ਦਾ ਹਾਲ ਦਿਖਾਉਂਦੇ ਰਹਾਂਗੇ। ਕੈਮਰਾਮੈਨ ਜੱਸੀ ਦੇ ਨਾਲ ਅਮਰੀਕ ਕੁਮਾਰ, ਨਿਊਜ਼ 18 ਹੁਸ਼ਿਆਰਪੁਰ।